ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਚੈਨਲ 'ਤੇ ਸਵਾਗਤ ਹੈ ਤੁਹਾਡਾ। ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ, ਠੀਕ ਠਾਕ ਹੋਵੋਗੇ, ਇਹਦੀ ਅਰਦਾਸ ਵੀ ਕਰਦਾ। ਕਿਤਾਬਾਂ ਦੀ ਦੁਨੀਆ ਬਹੁਤ ਵਿਸ਼ਾਲ ਆ ਜੀ, ਇਹਨੂੰ ਸਮੁੰਦਰ ਕਹੀਏ ਤਾਂ ਵੀ ਛੋਟੀ, ਉਦਾਹਰਣਾਂ ਆਕਾਸ਼ ਕਹੀਏ ਤਾਂ ਠੀਕ ਆ, ਕਿਉਂਕਿ ਆਕਾਸ਼ ਦਾ ਸਿਰਾ ਨਹੀਂ ਲੱਭਦਾ, ਕਿਉਂਕਿ ਆਕਾਸ਼ ਇੱਕ ਖਲਾ ਆ, ਆਕਾਸ਼ ਨਾਮ ਦੀ ਚੀਜ਼ ਕੋਈ ਹੈ ਨਹੀਂ ਗੀ, ਇੱਕ ਖਲਾ ਆ, ਸਾਨੂੰ ਲੱਗਦਾ ਕਿ ਨੀਲਾ ਨੀਲਾ ਕੁਛ ਹੈ ਕੁਛ ਨਹੀਂਗਾ। ਪਰ ਸਮੁੰਦਰ, ਅਸੀਂ ਵਿਸ਼ਾਲਤਾ ਦੇ ਵਾਸਤੇ ਹਮੇਸ਼ਾ ਸਮੁੰਦਰ ਦੀ ਉਦਾਹਰਣ ਵਰਤਦੇ ਹਾਂ, ਕਿਉਂਕਿ ਬਹੁਤ ਵੱਡਾ ਆ, ਹੈਗਾ ਉਹ ਵੀ ਬਹੁਤ ਵੱਡਾ ਆ, ਔਰ ਉਹਦਾ ਕਿਨਾਰਾ ਸਾਰਾ ਕੁਛ ਪਤਾ ਹੋਊਗਾ ਵੀ ਆਹ ਸਮੁੰਦਰ ਇੱਥੇ ਜਾ ਕੇ ਮੁੱਕ ਜਾਂਦਾ, 1000 ਕਿਲੋਮੀਟਰ ਜਾਂ ਇੱਦਾਂ ਕੁਛ ਨਾ, ਉਹਦਾ ਕਿਨਾਰੇ ਪਾਰਾਵਾਰ ਹੈ। ਪਰ ਕਿਤਾਬਾਂ ਦੀ ਦੁਨੀਆ ਜਿਹੜੀ ਉਹ ਐਸਾ ਸਮੁੰਦਰ ਆ ਜਿਹਦਾ ਕਿਨਾਰਾ ਹੈ ਨਹੀਂ ਕੋਈ, ਇਸ ਕਰਕੇ ਉਹਨੂੰ ਆਕਾਸ਼ ਦੇ ਨਾਲ, ਅੰਬਰ ਦੇ ਨਾਲ ਤੁਲਨਾ ਦੇਣੀ ਠੀਕ, ਕਿਉਂਕਿ ਸਮੁੰਦਰ ਦੀ ਇੱਕ ਸੀਮਾ ਆ, ਪਰ ਇਹਦੀ ਸੀਮਾ ਹੈ ਨਹੀਂ, ਕਿਉਂਕਿ ਦਿਨੋਂ ਦਿਨ ਇਹ ਸਮੁੰਦਰ ਵੱਡਾ ਹੋ ਰਿਹਾ। ਜ਼ਰੂਰ ਅੱਜ ਵੀ ਕੋਈ ਨਾ ਕੋਈ ਕਿਤਾਬ ਛਪੀ ਹੋਊਗੀ, ਕੱਲ੍ਹ ਵੀ ਛਪੀਆਂ ਹੋਣਗੀਆਂ, ਦੁਨੀਆ ਭਰ ਦੇ ਸਾਹਿਤ 'ਚ, ਦੁਨੀਆ ਭਰ ਦੀਆਂ ਵੱਖ ਵੱਖ ਬੋਲੀਆਂ ਦੇ ਵਿੱਚ। ਤਾਂ ਇਹਦੇ ਵਿੱਚੋਂ ਇਹ ਆ ਵੀ ਇਸ ਸਮੁੰਦਰ ਵਿੱਚੋਂ ਜਿੱਦਾਂ ਹੀਰੇ ਮੋਤੀ ਲੱਭਣੇ ਬੜੇ ਮੁਸ਼ਕਲ ਆ, ਬਹੁਤ ਡੂੰਘੀ ਕਹਿੰਦੇ ਉਤਰਨਾ ਪੈਂਦਾ ਡੂੰਘਾ, ਇੱਦਾਂ ਹੀ ਇਹ ਕਿਤਾਬਾਂ ਦਾ ਜਿਹੜਾ ਅਥਾਹ ਸਾਗਰ ਆ, ਇਹਦੇ ਵਿੱਚੋਂ ਵੀ ਜੇ ਤੁਸੀਂ ਉਪਰੇ ਉਪਰੇ ਤੋਂ ਇੱਦਾਂ ਹੀ ਕੋਈ ਕਿਤਾਬ ਵੀ ਫੜ ਲੂੰਗਾ, ਤੁਹਾਨੂੰ ਹਲਕੀਆਂ ਫੁਲਕੀਆਂ ਕਿਤਾਬਾਂ ਦੀ ਭਰਮਾਰ ਅੱਜ ਕੱਲ੍ਹ ਮਿਲਦੀ, ਇਹਦੇ ਲਈ ਵੀ ਡੂੰਘੀ ਤੁਹਾਨੂੰ ਮਤਲਬ ਕਿ ਚੁੱਭੀ ਮਾਰਨੀ ਪੈਂਦੀ, ਗਹਿਰੇ ਉਤਰਨਾ ਪੈਂਦਾ ਚੰਗੀਆਂ ਕਿਤਾਬਾਂ ਲਈ। ਤਾਂ ਇੱਕ ਚੰਗੀ ਕਿਤਾਬ ਮੇਰੇ ਹੱਥ 'ਚ ਅੱਜ ਜਿਹੜੀ ਪੜ੍ਹਨ ਦੀ ਤੁਹਾਨੂੰ ਸਲਾਹ ਦੇਵਾਂਗਾ, ਮਹਾਰਾਜਾ ਰਣਜੀਤ ਸਿੰਘ ਜੀ ਬਾਰੇ। ਮੈਨੂੰ ਕਈ ਸੱਜਣ ਮੈਸੇਜ ਕਰਦੇ ਕਿ ਜੀ ਮਹਾਰਾਜਾ ਰਣਜੀਤ ਸਿੰਘ ਹੋਣਾ ਬਾਰੇ, ਉਹਨਾਂ ਦੇ ਰਾਜ ਬਾਰੇ, ਸਿੱਖ ਰਾਜ ਬਾਰੇ ਅਸੀਂ ਜਾਣਨਾ ਚਾਹੁੰਦੇ, ਕੋਈ ਕਿਤਾਬ ਦੱਸੋ। ਮੇਰਾ ਖਿਆਲ ਹਜ਼ਾਰਾਂ ਦੇ ਹਿਸਾਬ ਨਾਲ ਕਿਤਾਬਾਂ ਲਿਖੀਆਂ ਗਈਆਂ ਹੋਣੀਆਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਬਾਰੇ, ਉਹਨਾਂ ਦੇ ਰਾਜ ਬਾਰੇ, ਕਿਉਂਕਿ ਸ਼ਖਸੀਅਤ ਇੱਦਾਂ ਦੀ ਸੀ ਪੂਰੇ ਵਰਲਡ ਦੇ ਵਿੱਚ ਜਿਹੜੇ ਸੀ, ਇੱਦਾਂ ਨਹੀਂ ਵੀ ਇਕੱਲਾ ਉਹਨਾਂ ਦਾ ਰਾਜ ਇੱਥੇ ਹੀ ਪ੍ਰਸਿੱਧ ਸੀ, ਪੂਰੇ ਵਿਸ਼ਵ ਦੇ ਵਿੱਚ। ਤਾਂ ਹੀ ਨੈਪੋਲੀਅਨ ਵਰਗੇ ਦੀ ਫੌਜ ਵਿੱਚੋਂ, ਜਿਹੜੇ ਨੈਪੋਲੀਅਨ ਦੀ ਗਿਰਾਵਟ ਤੋਂ ਬਾਅਦ 'ਚ ਉਹਦੇ ਜਦੋਂ ਬਰਬਾਦ ਹੋ ਗਿਆ, ਖਤਮ ਹੋ ਗਿਆ ਨਾ, ਹਾਰ ਗਿਆ ਉਹ, ਉਸ ਤੋਂ ਬਾਅਦ ਉਹਦੇ ਵੱਡੇ ਵੱਡੇ ਜਿਹੜੇ ਜਰਨੈਲ ਸੀ ਉਹਨਾਂ ਨੇ ਇੱਧਰ ਨੂੰ ਰੁੱਖ ਕੀਤਾ, ਉਹਦੇ ਬਾਰੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਕਿਤਾਬ ਲਿਖੀ ਆ ਕਿ ਸਿੱਖ ਰਾਜ ਦੇ ਵਿੱਚ, ਮਤਲਬ ਕਿ ਉਹਦਾ ਨਾਮ ਪਤਾ ਨਹੀਂ ਕਿਤਾਬ ਦਾ ਕੀ ਆ, ਜਿਹੜੇ ਜਰਨੈਲ ਵਿਦੇਸ਼ੀ ਜਰਨੈਲ ਸੀ ਨਾ, ਉਹਦਾ ਹੈਗਾ ਖਾਲਸਾ ਰਾਜ ਦੇ ਵਿਦੇਸ਼ੀ ਕਰਿੰਦੇ, ਹਾਂ ਉਸ ਕਿਤਾਬ ਦਾ ਨਾਮ ਆ ਖਾਲਸਾ ਰਾਜ ਦੇ ਵਿਦੇਸ਼ੀ ਕਰਿੰਦੇ। ਉਹਦੇ ਵਿੱਚ ਤੁਸੀਂ ਦੇਖੋਗੇ ਕਿੱਦਾਂ ਦੇ ਜਿਹੜੇ ਨੈਪੋਲੀਅਨ ਵਰਗੇ ਕਾਮਯਾਬ ਅਤੇ ਮਹਾਨ ਬਾਦਸ਼ਾਹ ਦੇ ਫੌਜ ਵਿੱਚ ਰਹੇ ਸੀ, ਉਹਨਾਂ ਨੇ ਇਸ ਪਾਸੇ ਨੂੰ ਰੁੱਖ ਕੀਤਾ, ਉੱਥੇ ਸੋਭਾ ਹੋਊਗੀ ਪਹੁੰਚੀ ਮਹਾਰਾਜਾ ਰਣਜੀਤ ਸਿੰਘ ਦੀ, ਤਾਂ ਹੀ ਆਏ। ਹੋਰ ਬਹੁਤ ਸਾਰੇ ਦੇਸ਼ਾਂ 'ਚੋਂ ਵੱਡੇ ਵੱਡੇ ਜਰਨੈਲ ਆ ਕੇ ਫੌਜ ਦੇ ਵਿੱਚ ਭਰਤੀ ਹੋਏ, ਫੌਜ ਦੀ ਸ਼ਕਤੀ ਨੂੰ ਇੱਦਾਂ ਵਧਾਇਆ ਮਹਾਰਾਜੀ ਸਿੰਘ, ਦੂਰ ਅੰਦੇਖ ਸਨ, ਉਹਨਾਂ ਬਾਰੇ ਇਸ ਕਰਕੇ ਬਹੁਤ ਲਿਖਿਆ ਗਿਆ, ਨੈਗੇਟਿਵ ਵੀ ਬਹੁਤ ਲਿਖਿਆ ਗਿਆ ਅਤੇ ਹੱਕ ਵਿੱਚ ਪੱਖ ਵਿੱਚ ਵੀ ਬਹੁਤ ਲਿਖਿਆ ਗਿਆ। ਇਹ ਕਿਤਾਬ ਆ ਜਿਹੜੀ ਇਹ ਨਾਵਲਕਾਰ ਬਲਦੇਵ ਸਿੰਘ ਨੇ ਲਿਖੀ ਆ, ਚਰਚਿਤ ਤਾਂ ਜ਼ਿਆਦਾ ਰਹੀ ਆ ਕਿਉਂਕਿ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਸੀ। ਯੂਟਿਊਬ 'ਤੇ ਤੁਸੀਂ ਦੇਖ ਸਕਦੇ ਹਾਂ ਇਹ ਵੀਡੀਓਜ਼ ਹੈਗੀਆਂ, ਜਿੱਥੇ ਕਿ ਬਾਹਰਲੇ ਦੇਸ਼ ਕਿਤੇ ਗਏ ਆ ਤਾਂ ਬਲਦੇਵ ਸਿੰਘ ਨੂੰ, ਲਿਖਾਰੀ ਨੂੰ, ਕੁਝ ਸਿੱਖ ਜਿਹੜੇ ਨੁਮਾਇੰਦੇ ਉਹਨਾਂ ਨੇ ਘੇਰਿਆ ਵੀ ਆ ਇਸ ਗੱਲ 'ਤੇ, ਇਸ ਕਿਤਾਬ ਨੂੰ ਲੈ ਕੇ ਉਹ ਕਹਿੰਦੇ ਕਿ ਤੁਸੀਂ ਮਹਾਰਾਜਾ ਦੀ ਨਿਖੇਧੀ ਕੀਤੀ ਆ ਇਸ ਕਿਤਾਬ ਦੇ ਵਿੱਚ। ਤਾਂ ਉਹ ਇਹ ਸਭ ਹੋਣਾ ਹੀ ਸੀਗਾ ਕਿਉਂਕਿ ਉਹਨਾਂ ਨੇ ਬੜੇ ਖੁੱਲ੍ਹੇ ਦਿਲ ਨਾਲ ਸੱਚੋ ਸੱਚ ਬਿਆਨ ਕਰਨ ਦਾ ਯਤਨ ਕੀਤਾ, ਕੋਈ ਉਲਾਰੂ ਹੋ ਕੇ ਨਹੀਂ ਲਿਖੀ। ਮੈਂ ਇਹੀ ਕਹੂੰਗਾ, ਮੈਂ ਇਸ ਕਿਤਾਬ ਦੇ ਨਾਲ ਹਾਂ ਇਸ ਪੱਖ 'ਚ, ਕੋਈ ਇੱਕ ਦੋ ਗੱਲਾਂ ਨੂੰ ਛੱਡ ਕੇ ਮੈਂ ਤਕਰੀਬਨ ਸਹਿਮਤ ਹਾਂ ਕਿਤਾਬ ਨਾਲ। ਪਰ ਇੱਦਾਂ ਜਿਹੜੀ ਸੁਹਿਰਦਤਾ ਨਾਲ ਬੰਦਾ ਪੜ੍ਹੂਗਾ ਜਾਂ ਸੁਹਿਰਦ ਪਾਠਕ ਹੋਊਗਾ, ਇਸ ਗੱਲ ਨੂੰ ਸਮਝਦਾ ਹੋਊਗਾ ਕਿ ਇਹ ਕਿਤਾਬ ਮੇਰੀ ਲਿਖੀ ਹੋਈ ਨੀਗੀ, ਇਸ ਕਰਕੇ ਕਿਸੇ ਦੂਜੇ ਦੀ ਹੈ, ਤਾਂ ਜ਼ਾਹਿਰ ਆ ਕੇ ਵਿਚਾਰਾਂ ਵਿੱਚ ਭਿੰਨਤਾ ਹੋਊਗੀ, ਠੀਕ ਆ ਜੀ। ਵੱਖ ਵੱਖ ਵਿਚਾਰਾਂ ਦੀ ਵਨਸਵੰਤਾ ਹੀ ਤਾਂ ਖੂਬਸੂਰਤੀ ਆ,
ਇੱਕ ਫੁਲਵਾੜੀ ਇਸ ਕਰਕੇ ਫੁਲਵਾੜੀ ਆ, ਉਹਦੇ ਵਿੱਚ ਬਹੁਤ ਸਾਰੀ ਤਰ੍ਹਾਂ ਦੇ ਫੁੱਲ ਆ, ਠੀਕ ਆ ਨਾ, ਵਾੜੀ ਆ ਉਹ ਫੁੱਲਾਂ ਦੀ। ਇਸ ਕਰਕੇ ਵਿਚਾਰ ਤੁਹਾਨੂੰ ਜੇ ਲੱਗਦਾ ਕਿ ਆਹ ਵਿਚਾਰ ਮੇਰੇ 'ਚ ਨਹੀਂ ਗੱਲ ਆ ਰਹੀ ਹਿਸਾਬ 'ਚ, ਉਹਦੇ ਕਲਰ ਨਹੀਂ ਫੜਨੇ ਚਾਹੀਦੇ ਬੰਦੇ ਦੇ, ਇਸ ਗੱਲ ਨੂੰ ਹੀ ਸਮਝਣਾ ਚਾਹੀਦਾ। ਅਤੇ ਉਹਨਾਂ ਖੁਦ ਕਿਹਾ ਬਲਦੇਵ ਸਿੰਘ ਨੇ, ਉਹ ਕਹਿੰਦਾ ਕਿ ਮੈਂ ਬਹੁਤ ਸਾਰੀਆਂ 100 ਦੇ ਕਰੀਬ ਕਹਿੰਦੇ ਕਿਤਾਬਾਂ ਮੈਂ ਖੰਗਾਲੀਆਂ ਹੋਣੀਆਂ ਮਹਾਰਾਜਾ ਰਣਜੀਤ ਸਿੰਘ ਬਾਰੇ। ਉਹਦੇ ਬਾਅਦ ਵਿੱਚ ਜੋ ਸਿੱਟੇ ਕੱਢੇ ਉਹਨਾਂ ਨੂੰ ਮੈਂ ਪੇਸ਼ ਕੀਤਾ ਆ। ਕੋਈ ਸੱਜਣਾ ਨੂੰ ਇਹ ਕਿਤਾਬ ਜਿਹੜੀ ਸੀਗੀ ਹਜ਼ਮ ਹੋਣੀ, ਉਹ ਇਸ ਕਰਕੇ ਮਤਲਬ ਨਹੀਂ ਹਜ਼ਮ ਹੋਈ, ਉਹਨਾਂ ਦੇ ਵੱਸੋਂ ਬਾਹਰੀ ਗੱਲ ਹੋ ਗਈ, ਕਿਉਂਕਿ ਉਹ ਉਹਨਾਂ ਲੋਕਾਂ 'ਚੋਂ ਸੀ ਜਿਨ੍ਹਾਂ ਨੇ ਹਮੇਸ਼ਾ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਚੰਗੇ ਮਹਾਰਾਜੇ ਵਜੋਂ ਹੀ ਸਿਰਫ ਦੇਖਿਆ, ਚੰਗੀਆਂ ਚੰਗੀਆਂ ਗੱਲਾਂ ਸੁਣੀਆਂ, ਚੰਗੇ ਚੰਗੇ ਪੱਖ ਜਿਹੜੇ ਪ੍ਰਚਾਰੇ ਗਏ ਉਹਨਾਂ ਦੇ ਕੰਨਾਂ 'ਚ ਉਹੀ ਪਏ। ਬਚਪਨ ਤੋਂ ਉਹ ਇੱਦਾਂ ਹੀ ਪ੍ਰੌੜ ਉਮਰ ਤੱਕ ਆ ਗਏ ਸਫ਼ਰ ਕਰਦੇ ਕਰਦੇ, ਮਤਲਬ ਕਿ ਉਹਨਾਂ ਦਾ ਚੰਗਾ ਪੱਖ ਦੇਖਦੇ ਸੁਣਦੇ। ਤਾਂ ਜਦੋਂ ਅਚਾਨਕ ਉਹਨਾਂ ਨੂੰ ਉਹਨਾਂ ਦੀ ਸ਼ਖਸੀਅਤ ਬਾਰੇ ਕੁਝ ਇਸ ਤਰ੍ਹਾਂ ਦਾ ਪੜ੍ਹਨ ਨੂੰ ਮਿਲਿਆ, ਤਾਂ ਉਹਨਾਂ ਨੇ ਬਜਾਏ ਇਹ ਸੋਚਣ ਦੇ ਕਿ ਇਹ ਪੱਖ ਪਹਿਲੀ ਵਾਰੀ ਸਾਡੇ ਸਾਹਮਣੇ ਉਜਾਗਰ ਹੋਏ ਆ, ਹੋ ਸਕਦਾ ਬਚਪਨ ਤੋਂ ਲੈ ਕੇ ਇਹ ਪੱਖ ਸਾਨੂੰ ਕਦੀ ਦੱਸੇ ਨਹੀਂ ਗਏ, ਤਾਂ ਅਸੀਂ ਪਹਿਲੀ ਵਾਰੀ ਦੇਖ ਸੁਣ ਰਹੇ ਹਾਂ, ਇਹ ਸੋਚਣ ਦੀ ਬਜਾਏ ਉਹਨਾਂ ਨੇ ਆਪਣੇ ਪੈਰਾਮੀਟਰ ਦੇ ਹਿਸਾਬ ਨਾਲ ਉਹਨਾਂ ਨੇ ਲੇਖਕ ਨੂੰ ਉਹ ਗਲਮੇ ਤੋਂ ਫੜਨ ਤੁਰ ਪਏ ਵੀ ਇਹ ਕਿੱਦਾਂ ਲਿਖ ਦਿੱਤਾ। ਇਸ ਤਰ੍ਹਾਂ ਨਹੀਂ ਹੁੰਦਾ, ਇਹ ਤਾਂ ਸਾਰੇ ਮੰਨਦੇ ਆ ਕਿ ਰਾਜ ਸਾਡਾ ਨਿਗਾਰ ਵਿੱਚ ਗਿਆ, ਗਲਤੀਆਂ ਹੋਈਆਂ ਰਾਜ ਦੇ ਵਿੱਚ, ਨਹੀਂ ਤਾਂ ਰਾਜ ਖਤਮ ਕਿਉਂ ਹੁੰਦਾ। ਮਹਾਰਾਜਾ ਰਣਜੀਤ ਸਿੰਘ ਜੀ ਮਹਾਨ ਰਾਜਾ ਸੀ, ਬਹੁਤ ਮਹਾਨ ਸੀ, ਉੱਦਾਂ ਦਾ ਸ਼ਾਇਦ ਮੁੜ ਕੇ ਕਦੀ ਕੋਈ ਨਾ ਹੋਵੇ। ਉਹਨਾਂ ਨੇ ਬਹੁਤ ਬੁਲੰਦੀਆਂ 'ਤੇ ਖੜਿਆ ਸੀਗਾ ਸਿੱਖਾਂ ਨੂੰ, ਉਹਨਾਂ ਨੇ ਇੱਕ ਕੀਤਾ ਸਿੱਖਾਂ ਨੂੰ, ਮਿਸਲਾਂ ਦੀ ਸ਼ਕਤੀਆਂ ਨੂੰ ਤੋੜ ਕੇ ਇੱਕ ਕੀਤਾ, ਅਤੇ ਉਹਨਾਂ ਨੇ ਪੰਜਾਬ ਨੂੰ ਪੂਰੇ ਵਰਲਡ ਵਿੱਚ ਮਸ਼ਹੂਰ ਕੀਤਾ, ਐਸਾ ਰਾਜ ਸਥਾਪਿਤ ਕੀਤਾ ਜਿੱਥੇ ਕਹਿੰਦੇ ਕਿ ਮਤਲਬ ਕਿ ਕ੍ਰਾਈਮ ਜ਼ੀਰੋ ਸੀਗਾ, ਕ੍ਰਾਈਮ ਰੇਟ ਕਹਿ ਲਓ। ਅਤੇ ਲੋਕ ਕਹਿੰਦੇ ਕੋਈ ਗਲਤੀ ਕਰੇ ਤਾਂ ਪੰਨੂ ਸਾਹਿਬ ਕਹਿੰਦੇ ਪੰਜਾਬ 'ਚੋਂ ਹੀ ਉਹਨੂੰ ਕੱਢਤਾ ਜਾਂਦਾ ਸੀ, ਤਾਂ ਇਹ ਤੋਂ ਵੱਡੀ ਸਜ਼ਾ ਨਹੀਂ ਹੁੰਦੀ ਸੀ ਅਗਲੇ ਲਈ। ਪੰਜਾਬ 'ਚੋਂ ਕੱਢਣਾ ਮਤਲਬ ਸਵਰਗ 'ਚੋਂ ਬੈਕੁੰਠ 'ਚੋਂ ਕੱਢ ਦੇਣਾ ਹੁੰਦਾ ਸੀ। ਉਹ ਮਹਾਨ ਸੀ, ਉਹਨਾਂ ਦੀ ਮਹਾਨਤਾ 'ਤੇ ਕੋਈ ਸ਼ੱਕ ਨਹੀਂ, ਪਰ ਜੇ ਮੈਂ ਇਹੀ ਕਹਾਂ ਕਿ ਉਹਨਾਂ 'ਚ ਗਲਤੀ ਕੋਈ ਨਹੀਂ ਸੀ, ਤਾਂ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਯਾਦ ਰਹੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਉਹ ਇੱਕ ਇਨਸਾਨ ਸੀ, ਮਹਾਨ ਇਨਸਾਨ ਸੀ, ਪਰ ਇਨਸਾਨ ਸੀ, ਨਾ ਗਲਤੀ ਬਿਲਕੁਲ ਵੀ ਕਰਨਾ, ਇਹ ਸਿਰਫ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਰੱਬ ਦਾ ਗੁਣ ਆ, ਪੂਰੇ ਸਤਿਗੁਰੂ ਦਾ ਗੁਣ ਆ। ਹੋਰ ਆਮ ਸਧਾਰਨ ਇਨਸਾਨ ਕਿੱਡਾ ਵੀ ਮਹਾਨ ਹੋ ਜਾਵੇ, ਉਹਦਾ ਇਹ ਗੁਣ ਹੈ ਨਹੀਂ ਕਿ ਉਹ ਕਦੀ ਵੀ ਗਲਤੀ ਉਹ ਤੋਂ ਹੋਵੇ ਨਾ। ਜਿੰਨਾ ਵੱਡਾ ਮਹਾਨ ਇਨਸਾਨ ਹੁੰਦਾ ਉਨੀਆਂ ਹੀ ਗਲਤੀਆਂ ਕਰਕੇ ਉੱਪਰ ਪਹੁੰਚਿਆ ਹੁੰਦਾ ਆ। ਤਾਂ ਇਸ ਕਰਕੇ ਅਸੀਂ ਇਹ ਗੱਲ ਨੂੰ ਸਮਝੀਏ ਕਿ ਉਹਨਾਂ ਤੋਂ ਗਲਤੀਆਂ ਹੋਈਆਂ। ਸਭ ਤੋਂ ਵੱਡੀ ਕਿ ਡੋਗਰਿਆਂ 'ਤੇ ਇੰਨਾ ਵਿਸ਼ਵਾਸ ਕਰਨਾ, ਉਹਨਾਂ ਨੂੰ ਹੱਦੋਂ ਵੱਧ ਵਿਸ਼ਵਾਸ ਕਰਨਾ, ਅਤੇ ਵੱਡੀਆਂ ਪੋਸਟਾਂ 'ਤੇ ਆਪਣੇ ਬਹੁਤੇ ਸਿੱਖ ਚਿਹਰਿਆਂ ਦੀ ਬਜਾਏ ਵਿਦੇਸ਼ੀਆਂ ਨੂੰ ਉਹਨਾਂ ਪੋਸਟਾਂ 'ਤੇ ਮਤਲਬ ਕਿ ਕਰਨਾ, ਹੈ ਨਾ, ਤੈਨਾਤ। ਇਹ ਰਾਜ ਦੀਆਂ ਇੱਕ ਰਾਜੇ ਦੇ ਤੌਰ 'ਤੇ ਵੱਡੀਆਂ ਗਲਤੀਆਂ ਸਨ ਮਹਾਰਾਜਾ ਸਾਹਿਬ ਦੀਆਂ। ਸੰਸਾਰਕ ਹੋਰ ਵੀ ਗਲਤੀਆਂ ਉਹਨਾਂ ਤੋਂ ਜਿਹੜੀਆਂ ਆਮ ਬੰਦਾ ਕਰਦਾ, ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਅਕਾਲ ਤਖਤ ਸਾਹਿਬ 'ਤੇ ਸਜ਼ਾ ਲਾਉਣੀ ਪਈ, ਅਕਾਲੀ ਫੂਲਾ ਸਿੰਘ ਜੀ ਨੂੰ, ਹੈ ਨਾ, ਤਲਬ ਕੀਤਾ ਗਿਆ, ਤਾਂ ਹੀ ਤਲਬ ਕੀਤਾ ਗਿਆ ਕਿ ਕੋਈ ਗਲਤੀ ਹੋਈ ਹੋਊਗੀ। ਤਾਂ ਹਾਂ, ਉਹਨਾਂ ਦੀਆਂ ਗਲਤੀਆਂ ਉਹਨਾਂ ਦੀਆਂ ਚੰਗਿਆਈਆਂ ਦੇ ਮੁਕਾਬਲੇ ਬਹੁਤ ਘੱਟ ਸੀ, ਪਰ ਕਈ ਵਾਰੀ ਤੁਹਾਨੂੰ ਨਿਘਾਰ ਵੱਲ ਲੈ ਜਾਣ ਲਈ ਤੁਹਾਡੇ ਕਿਰਦਾਰ ਦੀ ਇੱਕ ਅੱਧੀ ਗਲਤੀ ਹੀ ਕਾਫੀ ਹੁੰਦੀ ਆ, ਠੀਕ ਆ ਨਾ। ਦੇਖੋ 99 'ਤੇ ਜਾ ਕੇ ਕਦੋਂ ਕੋਈ ਬੱਲੇਬਾਜ਼ ਆਊਟ ਹੋ ਜਾਂਦਾ ਕ੍ਰਿਕਟ 'ਚ, ਇੱਕ ਰਨ ਉਹਨੂੰ ਹੋਰ ਚਾਹੀਦਾ ਹੁੰਦਾ 100 ਲਈ, ਪਰ ਉਹਦੀ ਇੱਕ ਗਲਤੀ ਉਹਦੇ ਪਿਛਲੇ 99 ਰਨ ਮਿੱਟੀ ਕਰ ਦਿੰਦੀ, ਉਹ 100 ਤੋਂ ਸਿਰਫ ਇੱਕ ਰਨ ਕਰਕੇ ਰਹਿ ਜਾਂਦਾ। ਇੱਦਾਂ ਹੀ ਕਈ ਵਾਰੀ ਇੱਕ ਗਲਤੀ ਸਾਰੇ ਜੀਵਨ 'ਤੇ ਚੰਗਿਆਈਆਂ 'ਤੇ ਨਾ ਉਹ ਮਿੱਟੀ ਫਿਰ ਦਿੰਦੀ, ਕਾਲਖ ਮਲ ਦਿੰਦੀ, ਉਹਨਾਂ ਦਾ ਅਰਥ ਗੁਆਚ ਜਾਂਦੇ ਆ। ਹਾਲਾਂਕਿ ਮੈਂ ਮਹਾਰਾਜਾ ਰਣਜੀਤ ਸਿੰਘ ਬਾਰੇ ਇਸ ਤਰ੍ਹਾਂ ਤਾਂ ਨਹੀਂ ਕਹੂੰਗਾ, ਉਹਨਾਂ ਦੀਆਂ ਚੰਗਿਆਈਆਂ, ਉਹਨਾਂ ਦੀ ਲਾਸਾਨੀ ਜਿਹੜੀ ਸ਼ਖਸੀਅਤ ਸੀ ਅੱਜ ਵੀ ਉੱਦਾਂ ਹੀ ਚਮਕਦੀ ਹੈ, ਚਮਕਦੀ ਰਹੂਗੀ। ਉਹਨਾਂ ਦਾ ਰਾਜ ਅੱਜ ਵੀ ਦਿਲਾਂ 'ਚ ਵਸਿਆ ਹੋਇਆ, ਸਾਡੇ ਅਸੀਂ ਚਾਹੁੰਦੇ ਉਹ ਰਾਜ ਖਾਲਸਾ ਰਾਜ ਆਵੇ, ਪਰ ਇਹਨਾਂ ਤੋਂ ਮੁਨਕਰ ਨਾ ਹੋਈਏ ਕਿ ਉਹਨਾਂ ਤੋਂ ਕੁਝ ਗਲਤੀਆਂ ਹੋਈਆਂ ਜਿਹੜੀਆਂ ਰਾਜ ਖੁੱਸ ਜਾਣ ਦਾ ਕਾਰਨ ਬਣੀਆਂ। ਤਾਂ ਇਹ ਕਿਤਾਬ ਪੜ੍ਹਨੀ ਤਾਂ ਇਹ ਦਿਲ ਦੀ ਵਿਸ਼ਾਲਤਾ ਰੱਖ ਕੇ ਪੜ੍ਹਿਓ ਕਿ ਮਹਾਰਾਜਾ ਰਣਜੀਤ ਸਿੰਘ ਉਹ ਵੀ ਇੱਕ ਬੰਦਾ ਸੀ, ਉਹ ਵੀ ਗਲਤੀਆਂ ਕਰ ਸਕਦਾ ਸੀ ਅਤੇ ਉਹਨਾਂ ਤੋਂ ਹੋਈਆਂ, ਪਰ ਫਿਰ ਵੀ ਇਹ 'ਚ ਉਹਨਾਂ ਦੀ ਮਹਾਨਤਾ ਵੀ ਤੁਹਾਨੂੰ
ਪੂਰੀ ਪੂਰੀ ਮਹਾਨਤਾ ਵੀ ਦੇਖਣ ਨੂੰ ਮਿਲੂਗੀ ਪੂਰੀ ਪੂਰੀ ਟੱਚ ਕਰੀ ਜਾਣੀ ਉਹਨਾਂ ਨੂੰ ਉਹ ਮਹਾਨ ਕਿੰਨਾ ਸੀ ਉਹ ਬੰਦਾ ਤੁਹਾਨੂੰ ਇਹ ਵੀ ਪਤਾ ਲੱਗੂਗਾ ਇਹ ਪੜ੍ਹ ਕੇ ਕਿ ਕਿਉਂ ਦੁਨੀਆ ਲੋਹਾ ਮੰਨਦੀ ਸੀ ਕਿਉਂ ਦੁਨੀਆ ਨੌਕਰੀਆਂ ਕਰਨੀਆਂ ਚਾਹੁੰਦੀ ਸੀ ਉਹਨਾਂ ਦੀ ਫੌਜ ਵਿੱਚ ਆ ਕੇ ਉਹਨਾਂ ਦੇ ਰਾਜ ਦੇ ਅੰਦਰ ਆ ਕੇ ਉਸ ਵੇਲੇ ਦੇ ਜਿਹੜੇ ਸੈਲਾਨੀ ਕੋਈ ਘੁੰਮਣ ਆਉਂਦੇ ਸੀ ਕੋਈ ਗੋਰੇ ਆਫਿਸਰ ਸੀ ਜਿਹੜੇ ਆਸ ਪਾਸ ਉਹਨਾਂ ਸਾਰਿਆਂ ਦੀਆਂ ਲਿਖਤਾਂ ਦੇ ਥਾਂ ਥਾਂ ਹਵਾਲੇ ਕਿਤਾਬਾਂ 'ਚ ਜਿੱਦਾਂ ਇਹ 'ਚ ਵੀ ਬਹੁਤ ਕਿਤਾਬਾਂ ਦੇ ਹਵਾਲੇ ਖੈਰ ਇਹ ਨਾਵਲ ਰੂਪ ਵਿੱਚ ਲਿਖੀ ਆ ਤਾਂ ਤੁਹਾਨੂੰ ਪਤਾ ਲੱਗ ਜੂਗਾ ਉੱਦਾਂ ਕਿ ਇੱਧਰੋਂ ਉੱਧਰੋਂ ਸਮੱਗਰੀ ਉਹਨਾਂ ਨੇ ਕਾਫੀ ਇਕੱਠੀ ਕੀਤੀ ਆ ਔਰ ਚੰਗੀ ਨਿੱਠ ਕੇ ਲਿਖੀ ਹੋਈ ਕਿਤਾਬ ਆ ਠੀਕ ਆ ਨਾ ਆ ਦੇਖੋ ਉਹਨਾਂ ਨੇ ਪਿੱਛੇ ਹੀ ਵਿਸ਼ੇਸ਼ ਤੌਰ 'ਤੇ ਸਹਾਇਕ ਪੁਸਤਕਾਂ ਦਾ ਦੋ ਪੇਜਾਂ 'ਤੇ ਸਾਰੇ ਹਵਾਲੇ ਦਿੱਤੇ ਆ ਤਾਂ ਇੱਥੇ ਉਹਨਾਂ ਨੇ 42 ਕਿਤਾਬਾਂ ਤਕਰੀਬਨ ਦੱਸੀਆਂ ਆ ਜਿਨ੍ਹਾਂ 'ਚ ਉਹਨਾਂ ਨੇ ਤਾਂ ਇਸ ਕਰਕੇ ਉਹ ਬੰਦਾ ਗਲਤ ਤਾਂ ਨਹੀਂ ਲਿਖ ਸਕਦਾ ਜਿਹੜਾ ਇੰਨੀਆਂ ਕਿਤਾਬਾਂ ਨੂੰ ਖੋਜਣ ਤੋਂ ਬਾਅਦ ਵਿੱਚ ਨਾਵਲ ਲਿਖ ਰਿਹਾ ਇੱਕ ਬਲਦੇਵ ਸਿੰਘ ਅੱਜ ਦਾ ਵੱਡਾ ਰਾਈਟਰ 'ਚ ਕੋਈ ਸ਼ੱਕ ਨਹੀਂ ਮੈਨੂੰ ਤਾਂ ਹੈ ਨਹੀਂ ਅਤੇ ਚਲੋ ਉਹ ਥੋੜ੍ਹੇ ਨਾਸਤਕ ਵਿਚਾਰਾਂ ਦਾ ਧਾਰਨੀ ਹੈ ਬੰਦਾ ਕਈ ਵਾਰੀ ਉਹ ਫਿਰ ਬੰਦੇ ਦੀ ਲਿਖਤ ਵਿੱਚ ਵੀ ਦਿਸ ਜਾਂਦੇ ਪਰ ਮੈਨੂੰ ਇਹ ਪਤਾ ਹੋਣਾ ਚਾਹੀਦਾ ਪੜ੍ਹਨ ਤੋਂ ਪਹਿਲਾਂ ਕਿ ਉਹ ਬੰਦੇ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਕੁਝ ਵੱਖਰੀ ਤਰ੍ਹਾਂ ਦੀਆਂ ਮੇਰੇ ਤੋਂ ਉਹ ਨਾਸਤਕ ਵਿਰਤੀ ਦਾ ਆ ਪਰਮੇਸ਼ੁਰ ਦੀ ਹੋਣ ਤੋਂ ਜੇ ਮੁਨਕਰ ਆ ਜਾਂ ਹੋਰ ਤਰ੍ਹਾਂ ਦੇਖਦਾ ਤਾਂ ਉਹਦੀ ਆਪਣੀ ਸੋਚ ਆ ਬੰਦੇ ਦੀ ਮੈਂ ਉਹਦੇ ਨਾਵਲ 'ਚੋਂ ਨਹੀਂ ਲੱਭਣਾ ਇਹ ਵਿਚਾਰ ਮੈਂ ਨਾਵਲ 'ਚ ਸਿਰਫ ਇਹ ਲੱਭਣਾ ਉਹਨੇ ਨਾਵਲ ਨਾਲ ਇਹਨੇ ਸਾਫ਼ ਕੀਤਾ ਜਿਹੜੀ ਕਹਾਣੀ ਨੂੰ ਉਹਨੇ ਹੱਥ ਪਾ ਲਿਆ ਉਹਦੇ ਨਾਲ ਉਹਨੇ ਕਿੱਥੇ ਕੁ ਤੱਕ ਬੰਦੇ ਨੇ ਮਤਲਬ ਕਿ ਇਨਸਾਫ਼ ਕੀਤਾ ਨਿਆਂ ਕੀਤਾ ਆ ਠੀਕ ਆ ਜੀ ਜਸਟਿਸ ਕੀਤਾ ਕਿ ਨਹੀਂ ਕੀਤਾ ਉਹਦੇ 'ਤੇ ਮੈਨੂੰ ਇਹ ਵੀ ਜੇ ਮੈਨੂੰ ਉਹ 'ਚ ਵੀ ਕੋਈ ਖਰਾਬੀ ਲੱਗੇ ਤਾਂ ਵੀ ਮੈਨੂੰ ਸਮਝਣਾ ਚਾਹੀਦਾ ਕਿ ਉਹਦੇ ਵਿਚਾਰ ਆ ਉਹਨੂੰ ਗਲਮੇ ਤੋਂ ਫੜਨ ਨਹੀਂ ਤੁਰਨਾ ਚਾਹੀਦਾ ਠੀਕ ਆ ਨਾ ਤਾਂ ਇਹ ਕਿਤਾਬ ਪੜ੍ਹੋ ਇਹਦੇ ਪੇਜ 598 ਪੇਜ ਵਾਹ ਵਾਹ ਬਹੁਤ ਲੰਬੀ ਚੌੜੀ ਕਿਤਾਬ ਆ ਜੀ ਇਹ 598 ਕਹਿ ਲਓ 600 ਪੇਜ ਦੀ ਕਿਤਾਬ ਆ ਅਤੇ ਇਹਦੇ ਪਿੱਛੇ ਲਿਖਿਆ ਜਿਹੜਾ ਉਹ ਪੜ੍ਹ ਕੇ ਸੁਣਾ ਦਿੰਦਾ ਤੁਹਾਨੂੰ ਬਾਹਰਲੇ ਪਾਸੇ ਕਹਿੰਦੇ ਇਤਿਹਾਸ ਅੰਦਰ ਝਾਤੀ ਮਾਰਨੀ ਪੀੜ੍ਹੀ ਗੰਢ ਖੁੱਲਣ ਵਾਂਗ ਹੈ ਬਲਦੇਵ ਸਿੰਘ ਲਿਖਦੇ ਇਹ ਮੁਗਲ ਬਾਦਸ਼ਾਹ ਦਰਬਾਰੀ ਲੇਖਕਾਂ ਤੋਂ ਇਤਿਹਾਸ ਲਿਖਵਾਉਂਦੇ ਸਿਰਫ ਉਹਨਾਂ ਘਟਨਾਵਾਂ ਅਤੇ ਜੰਗਾਂ ਦਾ ਜ਼ਿਕਰ ਕੀਤਾ ਜਾਂਦਾ ਜਿਹੜੀਆਂ ਤਖ਼ਤ ਜਾਂ ਬਾਦਸ਼ਾਹ ਦੀ ਸ਼ਾਨ ਨੂੰ ਹੋਰ ਚਮਕਾਉਂਦੀਆਂ ਇੰਝ ਪੁਰਾਤਨ ਅਫਵਾਹਾਂ ਅਤੇ ਫਰਜ਼ੀ ਘਟਨਾਵਾਂ ਨੂੰ ਇਤਿਹਾਸ ਸਮਝ ਲਿਆ ਜਾਂਦਾ ਇਹਨਾਂ ਹੁਕਮਰਾਨਾਂ ਨੂੰ ਆਪਣੇ ਸਾਮਰਾਜ ਦੇ ਭਵਿੱਖ ਦੀ ਚਿੰਤਾ ਵਧੇਰੇ ਰਹਿਣ ਕਾਰਨ ਵਰਤਮਾਨ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਜਾਂਦਾ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਇਤਿਹਾਸਕਾਰ ਇੱਕਮਤ ਨਹੀਂ ਵਿਦੇਸ਼ੀ ਇਤਿਹਾਸਕਾਰ ਉਸ ਨੂੰ ਸ਼ਰਾਬੀ ਕਾਮੀ ਲਾਲਚੀ ਸਵਾਰਥੀ ਅਤੇ ਆਪਣੇ ਕਰੀਬੀਆਂ ਨਾਲ ਧੋਖਾ ਕਰਨ ਵਾਲਾ ਵਜੋਂ ਪੇਸ਼ ਕਰਦੇ ਹਨ ਬੈਰਨ ਹਿਊਗਲ ਨੂੰ ਤਾਂ ਮਹਾਰਾਜਾ ਪੰਜਾਬ ਦਾ ਸਭ ਤੋਂ ਬਦਸੂਰਤ ਮਨੁੱਖ ਦਿਖਾਈ ਦਿੰਦਾ ਹੈ ਸਾਡੇ ਇਤਿਹਾਸਕਾਰ ਮਹਾਰਾਜੇ ਨੂੰ ਜੰਗਬਾਜ਼ ਨੇਤਾ ਸੱਚਾ ਸੁੱਚਾ ਸਿੱਖ ਨਿਤਨੇਮੀ ਦਇਆਵਾਨ ਸਭ ਧਰਮਾਂ ਦੇ ਲੋਕਾਂ ਨੂੰ ਪਿਆਰ ਕਰਨ ਵਾਲਾ ਦਰਸਾਉਂਦੇ ਹਨ ਕੋਈ ਉਸ ਨੂੰ ਨੈਪੋਲੀਅਨ ਦੇ ਮੁਕਾਬਲੇ ਦਾ ਸ਼ਾਸਕ ਮੰਨਦਾ ਅਤੇ ਕੋਈ ਹੋਰ ਸ਼ੇਰੇ ਪੰਜਾਬ ਦੇ ਖਿਤਾਬ ਨਾਲ ਨਿਵਾਜਦਾ ਹੈ ਆਪਣੇ ਤੋਂ ਅੱਧੀ ਉਮਰ ਦੀਆਂ ਨਾਚੀਆਂ ਨੂੰ ਆਪਣੇ ਹਰਮ ਵਿੱਚ ਲਿਆਉਣ ਵਾਲੇ ਸਿੱਖੀ ਦਾ ਗੌਰਵ ਕਹਾਉਣ ਵਾਲੇ ਮਹਾਰਾਜ ਦਾ ਅਸਲੀ ਚਿਹਰਾ ਤਲਾਸ਼ਣਾ ਭਾਰਾ ਜੋਖਮ ਹੈ ਬੀੜ ਅਤੇ ਔਜੜ ਰਾਹ 'ਤੇ ਤੁਰਨ ਵਾਂਗ ਫਿਰ ਵੀ ਸੂਰਜ ਦੀ ਅੱਖ ਵਿੱਚ ਮੈਂ ਮਹਾਰਾਜ ਦੇ ਵਿਭਿੰਨ ਨਕਸ਼ਾਂ ਨੂੰ ਤਰਾਸ਼ਣ ਉਲੀਕਣ ਅਤੇ ਉਘਾੜਨ ਦਾ ਯਤਨ ਕੀਤਾ ਹੈ ਬਹੁਤ ਕੁਝ ਇੱਥੋਂ ਕਲੀਅਰ ਹੋ ਗਿਆ ਹੋਣਾ ਤੁਹਾਨੂੰ ਇਹ ਲੇਖਕ ਕਿੱਦਾਂ ਦਾ ਵਿਊ ਲੈ ਕੇ ਠੀਕ ਆ ਤੁਰਿਆ ਹੋਊਗਾ ਇਹਦੇ ਵਿੱਚ ਤਾਂ ਮੈਂ ਕਹਿੰਦਾ ਵਿਸ਼ਾਲ ਦਿਲ ਰੱਖ ਕੇ ਦਰਿਆ ਦਿਲ ਪੜ੍ਹਨ ਤੁਰਿਓ ਨਹੀਂ ਤਾਂ ਤੁਸੀਂ ਵੀ ਬਲਦੇਵ ਸਿੰਘ ਨੂੰ ਲੱਭਦੇ ਫਿਰਨਾ ਬਾਹਾਂ ਟੰਗ ਕੇ ਕਿਤੇ ਹੱਥ ਆਵੇ ਤਾਂ ਕੱਪੜੇ ਪਾੜੀਏ ਉਹਦੇ ਠੀਕ ਆ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਹੋਰਾਂ ਨਾਲ ਵੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਇਸ ਕਰਕੇ ਕਰ ਲਓ ਕਿ ਕਿਤਾਬਾਂ ਦੇ ਨਾਲ ਆਪਾਂ ਜੁੜੇ ਰਹੀਏ ਅਤੇ ਸਾਡਾ ਸਭ ਦਾ ਮੇਰਾ ਵੀ ਫਾਇਦਾ ਹੁੰਦਾ ਰਹੇ ਤਾਂ ਤੁਹਾਡਾ ਹੁੰਦਾ ਰਹੇ ਸੋ ਬਹੁਤ ਬਹੁਤ ਧੰਨਵਾਦ ਜੀ ਜਲਦੀ ਕਿਸੇ ਨਵੀਂ ਵੀਡੀਓ 'ਚ ਨਵੀਂ ਕਿਤਾਬ ਦੇ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ